ਇੰਪੋਰਟ ਦੀ ਬੱਚੀ ਹੈ ਅਤੇ ਇਹਦੇ ਮਦਰ ਫਾਦਰ ਦੋਨੋਂ ਇੰਪੋਰਟ ਨੇ। ਇਹ ਆਪਣੀ 8 ਕੁ ਮਹੀਨੇ ਦੀ ਬੱਚੀ ਹੈ, ਉਹ 2.5 ਕੁ ਸਾਲ ਦੀ ਹੋ ਗਈ। ਜਿਹੜੇ ਲਾਸਟ ਈਅਰ ਹੋਏ ਨੇ ਸ਼ੋ, ਉਹਦੇ ਵਿੱਚ ਇਹਦੀ ਪੋਜੀਸ਼ਨ ਪਈ ਹੈ ਵੀਰੇ, ਹੁਣ ਤੱਕ ਤਾਂ BOBA ਲੱਗਿਆ ਇਹ। ਓਕੇ, ਇਹ ਹਜੇ 9 ਮੰਥ ਦਾ, ਇਹਦੀ ਹਜੇ ਫਸਟ ਟਾਈਮ ਆ ਇਹਦਾ। ਠੀਕ ਹੈ ਜੀ, ਠੀਕ ਹੈ। ਅਤੇ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹੈ ਤਨਜੋਤ ਸਿੰਘ, ਤੁਸੀਂ ਦੇਖ ਰਹੇ ਹੋ ਤੁਹਾਨੂੰ ਆ ਕੇ ਨਾਲ ਵਲੋਗਸ। ਅੱਜ ਦੇ ਵਲੋਗ ਦੇ ਵਿੱਚ ਰਾਜਪੁਰੇ ਪਹੁੰਚੇ ਹਾਂ ਜੀ। ਰਾਜਪੁਰੇ ਹੈਗਾ ਡੌਗ ਸ਼ੋਅ, ਅਤੇ ਇਸ ਸੀਜ਼ਨ ਦੇ ਵਿੱਚ ਪੰਜਾਬ ਦੇ ਵਿੱਚ ਪਹਿਲਾ ਡੌਗ ਸ਼ੋਅ ਹੋਣ ਵਾਲਾ ਰਾਜਪੁਰੇ, ਅਤੇ ਕਰਦੇ ਹਾਂ ਅੰਦਰ ਬਰੀਡਰਸ ਦੇ ਨਾਲ ਗੱਲਬਾਤ, ਬਾਹਰ ਵੀ ਦਿਖਾਵਾਂਗੇ ਡੌਗ ਮਾਰਕੀਟ ਕਿੱਦਾਂ ਹੀ ਲੱਗੀ ਹੈ, ਕਿਆ ਕਿਆ ਪ੍ਰਾਈਜ਼ ਰਹਿੰਦੇ ਡੌਗਸ ਦੇ, ਸਾਰਾ ਕੁਝ ਦੱਸਾਂਗੇ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਕਿਵੇਂ ਲੱਗੀ। ਧੰਨਵਾਦ ਵੀਰ ਜੀ, ਕੀ ਹਾਲ ਚਾਲ ਜੀ? ਵਧੀਆ ਜੀ, ਵਧੀਆ ਵੀਰੇ, ਠੀਕ ਠਾਕ। ਬਸ ਠੀਕ ਹੈ ਜੀ। ਭਾਈ ਇੱਕ ਵਾਰ ਆਪਣਾ ਨਾਮ ਅਤੇ ਲੋਕੇਸ਼ਨ ਦੱਸ ਦਿਓ। ਮੇਰਾ ਨਾਮ ਵੀਰੇ ਜਗਦੀਪ ਸਿੰਘ ਆ। ਠੀਕ ਹੈ ਜੀ। ਅਤੇ ਲੋਕੇਸ਼ਨ ਆਪਣੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਆਪਣਾ। ਓਕੇ। ਅਤੇ ਉੱਥੇ ਲਾਗੇ ਪਿੰਡ ਆਪਣਾ ਦਮਹੇੜੀ। ਠੀਕ ਹੈ ਜੀ, ਦਮਹੇੜੀ ਪਿੰਡ ਹੈ। ਹਾਂਜੀ ਹਾਂਜੀ। ਅਤੇ ਭਾਈ ਕਿਹੜੇ ਡੌਗ ਹੈ ਜੀ ਆਪਣੇ ਕੋਲ? ਇਹ ਵੀਰੇ ਆਪਣੇ ਇੰਗਲਿਸ਼ ਬੁਲਡੌਗ ਦੇ ਬੱਚੇ ਆ। ਠੀਕ ਹੈ ਜੀ। ਇਹ ਆਪਣੀ ਹੋਮ ਬਰੀਡ ਆ। ਅੱਛਾ। ਹਾਂਜੀ ਹਾਂ। ਅਤੇ ਉੱਦਾਂ ਆਪਣੇ ਕੋਲ ਹੋਰ ਵੀ ਡੌਗਸ ਨੇ। ਠੀਕ ਹੈ, ਕਿਹੜੇ ਕਿਹੜੇ ਹੈਗੇ? ਆਪਣੇ ਕੋਲ ਗ੍ਰੇਟਨ ਰੱਖਿਆ ਵੀਰੇ। ਓਕੇ। ਹਾਂਜੀ। ਅਤੇ ਜਰਮਨ ਸ਼ੈਫਰਡ ਵੀ ਰੱਖੇ ਨੇ ਆਪਣੇ ਕੋਲ। ਸੈਨ ਬਰਨਾਰਡ ਵੀ ਹੈਗੇ। ਸੈਨ ਬਰਨਾਰਡ ਵੀ ਹੈਗੇ। ਸੈਨ ਬਰਨਾਰਡ ਵੀ ਹੈਗਾ। ਠੀਕ ਹੈ ਜੀ। ਭਾਈ ਇਹਨਾਂ ਦੇ ਇੱਕ ਵਾਰ ਪ੍ਰਾਈਜ਼ ਬਾਰੇ ਦੱਸ ਦਿਓ ਸਾਰਿਆਂ ਦੇ। ਪ੍ਰਾਈਜ਼ ਵੀਰੇ ਫੀਮੇਲ ਦੇ ਆਪਣੀ ਡਿਮਾਂਡ 1 ਲੱਖ ਰੁਪਈਆ, ਅਤੇ ਮੇਲ ਨੇ 2 ਲੱਖ। ਮੇਲ ਵੀਰੇ 80-80 ਹਜ਼ਾਰ ਆ। ਠੀਕ ਹੈ ਜੀ, ਠੀਕ ਹੈ। ਅਤੇ ਫੀਮੇਲ ਦਾ ਕਲਰ ਕੁਛ? ਕਲਰ ਵੀਰੇ ਇਹਦਾ ਮਰਲੇ ਆ, ਮਰਲੇ, ਬਲੂ ਮਰਲੇ। ਬਲੂ ਮਰਲੇ ਕਲਰ ਨੇ, 3 ਰੰਗ ਨੇ, ਟੈਨ ਵੀ ਆ, ਬਲੈਕ, ਟੈਨ ਵੀ ਆ, ਬਲੈਕ ਵੀ ਆ, ਤੇ ਬਲੂ ਵੀ ਆ। ਠੀਕ। ਆ ਵੀ ਕੁੱਤਾ ਆਪਣਾ ਟਰਾਈ ਕਲਰ ਆ, ਇਹਦੇ ਚ ਇੱਕ ਬਰਾਊਨ ਆ, ਬਲੈਕ ਆ ਤੇ ਵਾਈਟ ਆ, ਆ ਵੀ ਟਰਾਈ ਕਲਰ ਆ। ਇਹਦੀ ਮਤਲਬ ਥੋੜੀ ਡਿਮਾਂਡ ਜ਼ਿਆਦਾ ਹੁੰਦੀ ਆ ਟਰਾਈ ਕਲਰ ਦੀ। ਅੱਛਾ ਅੱਛਾ, ਠੀਕ ਹੈ, ਠੀਕ ਹੈ। ਤੇ ਪ੍ਰਾਈਸਿੰਗ ਭਾਈ ਨੇ ਦੱਸ ਹੀ ਦਿੱਤੀ ਹੈ, 1,80,80। ਤੇ ਕੰਟੈਕਟ ਨੰਬਰ ਬੋਲ ਦਿਓ ਵੀਰ ਜੀ ਇੱਕ ਵਾਰ ਆਪਣਾ। ਕੰਟੈਕਟ ਵੀਰੇ ਮੇਰਾ 9815722807। ਠੀਕ ਹੈ ਜੀ, ਠੀਕ ਹੈ। ਵੀਰ ਜੀ ਗ੍ਰੇਡਨ ਬਾਰੇ ਵੀ ਦੱਸੋ ਮਾੜਾ ਜਿਹਾ ਕੁਛ ਸਾਨੂੰ। ਤੇ ਗ੍ਰੇਡਨ ਵੀਰੇ ਆਪਣੀਆਂ ਦੋਨੇ, ਇਹ ਇੰਪੋਰਟ ਦੀ ਬੱਚੀ ਹੈ ਅਤੇ ਇਹਦੇ ਮਦਰ ਫਾਦਰ ਦੋਨੋਂ ਇੰਪੋਰਟ ਨੇ। ਇਹ ਆਪਣੀ 8 ਕੁ ਮਹੀਨੇ ਦੀ ਬੱਚੀ ਹੈ, ਉਹ 2.5 ਕੁ ਸਾਲ ਦੀ ਹੋ ਗਈ। ਅਤੇ ਉਹ ਆਪਾਂ ਰਿੰਗ 'ਚ ਲਾਉਣੀ ਅੱਜ ਦੋਵੇਂ। ਹਾਂਜੀ। ਬਾਕੀ ਆਪਣੇ ਕੋਲ ਅੱਜ ਦੀ ਕੱਲ੍ਹ ਥੋੜ੍ਹੇ ਦਿਨ ਪਹਿਲਾਂ ਮੀਟਿੰਗ ਕਰਾਈ ਆ, ਇਹਦਾ ਵੀ ਆਪਣੇ ਕੋਲ ਲੀਟਰ ਆਉਣੇ ਵਾਲਾ ਹੈ। ਹਾਂਜੀ। ਅਤੇ ਜਿਹੜਾ ਕੁੱਤਾ, ਕੁੱਤਾ ਵੀ ਵਧੀਆ, ਬਲੈਕ ਕਲਰ ਆ, ਅਤੇ ਇਹਦਾ ਲੀਟਰ ਵੀ ਆਉਣੇ ਵਾਲਾ ਆਪਣੇ ਕੋਲ। ਹਾਂਜੀ ਹਾਂਜੀ। ਸੇਲ ਵਾਸਤੇ, ਆਹ ਸੇਲ ਵਾਸਤੇ ਆ ਵੀਰੇ, ਇਹਦੀ 9 ਕੁ ਮਹੀਨੇ ਉਮਰ ਆ, ਇਹ ਸੇਲ ਕਰਨੀ ਆਪਾਂ। ਅਤੇ ਆਪਣੇ ਕੋਲ 3 ਮਹੀਨੇ ਦੀ ਬੱਚੀ ਵੀ ਹੈਗੀ ਜੀ, ਘਰੇ ਹੈਗੀ 3 ਮਹੀਨੇ ਦੀ ਬੱਚੀ, ਉਹ ਵੀ ਮਤਲਬ ਇਹਨਾਂ ਦੀ ਲੈਣ ਦੀ, ਉਹ ਮਿਸਟਰ ਕੇ ਦੀ ਬੱਚੀ ਆ, ਇਹ ਵੀ ਮਿਸਟਰ ਕੇ ਦੀ ਬੱਚੀ ਆ। ਇਹਦਾ ਪ੍ਰਾਈਜ਼ ਆ ਵੀਰੇ 1 ਲੱਖ ਰੁਪਈਆ। ਹਾਂਜੀ। ਕੰਟੈਕਟ ਨੰਬਰ ਵੀਰੇ 9815722807। ਕੀ ਹਾਲ ਚਾਲ ਹੈ ਵੀਰ ਜੀ? ਵਧੀਆ ਵੀਰੇ, ਵਧੀਆ, ਤੁਸੀਂ ਦੱਸੋ ਜੀ। ਭਾਜੀ ਕਿੱਥੋਂ ਆਏ ਆਪਾਂ ਅਤੇ ਆਪਣਾ ਨਾਮ ਦੱਸੋ ਇੱਕ ਵਾਰ। ਆਪਣਾ ਨਾਮ ਹੈ ਵੀਰੇ ਧਰਮਪ੍ਰੀਤ ਸਿੰਘ। ਠੀਕ। ਆਪਾਂ ਵੀਰੇ ਸੰਗਰੂਰ ਤੋਂ ਆਏ ਹਾਂ ਜੀ। ਓਕੇ ਓਕੇ। ਭਾਜੀ ਹੱਥ ਦੇ ਵਿੱਚ ਬੜਾ ਸੋਹਣਾ ਬੱਚਾ ਚੱਕਿਆ ਹੈ ਤੁਸੀਂ। ਹਾਂਜੀ ਹਾਂਜੀ। ਕਿਹੜੀ ਬਰੀਡ ਆ ਭਾਈ? ਇਹ ਅਮੈਰੀਕਨ ਬੁਲੀ ਹੈ ਵੀਰੇ। ਓਕੇ ਜੀ, ਓਕੇ। ਅਤੇ ਕਿੰਨਾ ਪ੍ਰਾਈਜ਼ ਰੱਖਿਆ ਇਹਨਾਂ ਦਾ? ਵੀਰੇ ਮੇਲ ਦਾ, ਮਾਰਲੇ ਮੇਲ ਦਾ ਰੱਖਿਆ ਹੋਇਆ 40,000। ਓਕੇ। ਮਾਰਲੇ ਫੀਮੇਲ ਦਾ ਰੱਖਿਆ ਹੋਇਆ ਵੀਰੇ 35,000। ਓਕੇ ਓਕੇ ਓਕੇ। ਹਾਂਜੀ ਵੀਰੇ, ਠੀਕ ਹੈ। ਅਤੇ ਅੱਜ ਆਪਣੇ ਕੋਲ ਹੋਰ ਕਿਹੜੇ ਕਿਹੜੇ ਬੱਚੇ ਹੈਗੇ? ਆਪਣੇ ਕੋਲ ਵੀਰੇ ਅਮੈਰੀਕਨ ਬੁਲੀ ਨੇ, ਹਾਂਜੀ, ਇੱਕ ਪਮੀਰੀਅਨ ਦੀ ਫੀਮੇਲ ਹੈ ਜੀ। ਓਕੇ ਓਕੇ ਓਕੇ। ਅਤੇ ਮਾਰਲੇ ਫੀਮੇਲ ਦਾ 35,000। ਠੀਕ ਹੈ ਜੀ। ਅਤੇ ਆਹ ਬਲੈਕ ਦਾ ਹੈਗਾ 16,000। ਬਲੈਕ ਦਾ ਵੀਰੇ 16,000। ਬਲੈਕ ਵੀ ਬੱਚਾ ਬਹੁਤ ਸੋਹਣਾ, ਐਂ ਲਾ ਲਓ ਵੀ 20-22 ਹਜ਼ਾਰ ਰੁਪਇਆ। ਓਕੇ ਓਕੇ। ਇਹਨਾਂ ਦੇ ਕਲਰ ਦੇ ਹਿਸਾਬ ਨਾਲ ਰੇਟ ਵੇਰੀ? ਕਲਰ ਦੇ ਹਿਸਾਬ ਨਾਲ ਰੇਟ ਵੇਰੀ। ਠੀਕ ਹੈ ਜੀ। ਕਲਰ ਦੀ
ਫੋਨ ਕਰ ਹਾਂ ਠੀਕ ਹੈ ਇਹਦਾ 16-17 ਹਜ਼ਾਰ ਰੁਪਏ ਵੈਕਸੀਨੇਸ਼ਨ ਡਨ ਹੈ ਠੀਕ ਹੈ ਕਿੰਨੀ ਕਿੰਨੀ ਏਜ ਹੋਊਗੀ ਅਪਰੋਕਸ ਇਹਨਾਂ ਦੀ ਸਾਰੀ ਹੋਊਗੀ ਬਾਈ 2.5 ਤੋਂ 3 ਮਹੀਨੇ 2.5 ਤੋਂ 3 ਮਹੀਨੇ ਦੀ ਠੀਕ ਹੈ ਜੀ ਠੀਕ ਹੈ ਤੇ ਬਾਈ ਕ੍ਰੋਪਿੰਗ ਵੀ ਕਰੀ ਹੋਈ ਹੈ ਨਾ ਹਾਂਜੀ ਹਾਂਜੀ ਵੀਰੇ ਕ੍ਰੋਪਿੰਗ ਕਰੀ ਹੋਈ ਹੈ ਠੀਕ ਹੈ ਜੀ ਵੈਕਸੀਨੇਸ਼ਨ ਡਨ ਹੈ ਸਾਰਿਆਂ ਦੀ ਵੈਕਸੀਨੇਸ਼ਨ ਡਨ ਹੈ ਬਾਈ ਠੀਕ ਹੈ ਜੀ ਇੱਕ ਵਾਰ ਆਪਣਾ ਨੰਬਰ ਬੋਲ ਦਿਓ ਬਾਈ ਨੰਬਰ ਆਪਣਾ ਬਾਈ 62-46-40-4500 ਠੀਕ ਹੈ ਜੀ ਤੇ ਬਾਈ ਹੋਰ ਕਿਸੇ ਬਰੀਡ ਦਾ ਵੀ ਆਪਣਾ ਕੰਮ ਹੈਗਾ ਹਾਂ ਵੀਰੇ ਆਪਣਾ ਸਪੈਸ਼ਲ ਜਰਮਨ ਦਾ ਕੰਮ ਹੈ ਆਪਣੇ ਲਵੇ 2 ਜਰਮਨ ਦੇ ਸਟੱਡ ਨੇ ਓਕੇ ਓਕੇ ਹਾਂਜੀ ਹਾਂਜੀ ਲੌਂਗ ਕੋਟ ਦੇ ਸਟੱਡ ਨੇ ਵੀ ਚਲੋ ਬਾਈ ਦੇ ਬੱਚੇ ਤੁਸੀਂ ਦੇਖ ਲਏ ਆ ਹੁਣ ਅਮਰੀਕਨ ਦੇ ਹਾਂਜੀ ਬਾਈ ਕੀ ਹਾਲ ਚਾਲ ਹੈ ਜੀ ਵਧੀਆ ਜੀ ਤੁਸੀਂ ਦੱਸੋ ਵੀਰ ਬਸ ਠੀਕ ਹੈ ਜੀ ਭਾਈ ਕਿਹੜੇ ਡੌਗਸ ਆ ਜੀ ਆਪਣੇ ਕੋਲ ਇਹ ਜਰਮਨ ਸ਼ੈਫਰਡ ਹੈ ਜੀ ਲੌਂਗ ਕੋਟ ਠੀਕ ਹੈ ਲੌਂਗ ਕੋਟ ਜਰਮਨ ਸ਼ੈਫਰਡ ਹੈ ਤੇ ਕਿੰਨੇ ਬੱਚੇ ਅਵੇਲੇਬਲ ਹੈ ਜੀ 3 ਮੇਲ ਹੈ ਜੀ ਓਕੇ ਓਕੇ ਹਾਂਜੀ ਠੀਕ ਹੈ ਜੀ ਤੇ ਕਿਆ ਪ੍ਰਾਈਸਿੰਗ ਰੱਖੀ ਭਾਈ ਇਹਨਾਂ 18000 ਰੁਪਏ ਮੇਲ ਹੈ ਜੀ ਓਕੇ ਤੇ ਮੇਲ ਫੀਮੇਲ ਦਾ ਸੇਮ ਪ੍ਰਾਈਸ ਹੈ ਮੇਲ 18 ਦੇ ਜੀ ਫੀਮੇਲ 11 ਦੀ ਹੈ ਜੀ ਓਕੇ ਜੀ ਓਕੇ ਠੀਕ ਹੈ ਤੇ ਭਾਈ ਕਿੱਥੋਂ ਆਏ ਆਪਾਂ ਅੰਬਾਲੇ ਕੈਂਟ ਤੋਂ ਜੀ ਓਕੇ ਬਈ ਕਿਸੇ ਨੇ ਬੱਚੇ ਲੈਣੇ ਹੋਣ ਬਈ ਕਿਵੇਂ ਕੰਟੈਕਟ ਕਰੇ ਆਪਣਾ ਨੰਬਰ ਹੈ ਜੀ ਕੰਟੈਕਟ ਜੀ ਠੀਕ ਹੈ ਅੰਬਾਲੇ ਜੀ ਔਰ ਆਪਣਾ ਕੈਨਲ ਵੀ ਅੰਬਾਲੇ ਚ ਓਕੇ ਓਕੇ ਕੀ ਨਾਮ ਹੈ ਭਾਜੀ ਆਪਣੇ ਕੈਨਲ ਦਾ ਆਪਣਾ ਗੁੱਜਰ ਕੈਨਲ ਹੈ ਜੀ ਠੀਕ ਹੈ ਜੀ ਠੀਕ ਹੈ ਬਈ ਇੱਕ ਵਾਰ ਕੰਟੈਕਟ ਨੰਬਰ ਬੋਲ ਦਿਓ ਆਪਣਾ 7777728 ਠੀਕ ਹੈ ਜੀ ਤੇ ਕਿਸੇ ਨੇ ਜਰਮਨ ਸ਼ੈਫਰਡ ਦੇ ਬੱਚੇ ਲੈਣੇ ਹੋਣ ਭਾਈ ਨੂੰ ਕੰਟੈਕਟ ਕਰ ਸਕਦੇ ਹੋ ਭਾਈ ਇੱਕ ਵਾਰ ਕਮਾ ਕੇ ਦਿਖਾਇਓ ਚੈੱਕ ਕਰ ਸਕਦੇ ਲੌਂਗ ਕੋਟ ਕਾਫੀ ਵਧੀਆ ਕੰਡੀਸ਼ਨ ਦੇ ਵਿੱਚ ਬੱਚੇ ਆ ਤੇ ਭਾਈ ਨੈਕਸਟ ਡੌਗ ਹੁਣ ਆਪਣੇ ਉਹ ਕਿਹੜਾ ਹੈਗਾ ਜੀ ਇਹ ਡਾਵਰਮੈਨ ਦਾ ਜੋੜਾ ਹੈ ਜੀ ਆਪਣੇ ਕੋਲ ਨਾ ਓਕੇ ਓਕੇ ਬਲੈਕ 10 ਮੇਲ ਫੀਮੇਲ ਹੈ ਹਨਾ ਹਾਂਜੀ ਅਮਰੀਕਨ ਡਾਵਰਮੈਨ ਠੀਕ ਹੈ ਜੀ ਠੀਕ ਹੈ ਤੇ ਕੀ ਪ੍ਰਾਈਸਿੰਗ ਹੈ ਭਾਜੀ ਇਹਨਾਂ ਦੀ ਇਹ 12000 ਰੁਪਏ ਮੇਲ ਹੈ ਜੀ 8000 ਫੀਮੇਲ ਹੈ ਜੀ ਠੀਕ ਹੈ ਤੇ ਭਾਜੀ ਆਪਣੇ ਕੋਲ ਕਿੰਨੇ ਦਿਨ ਦੇ ਹੋ ਗਏ ਇਹ ਇਹ 40 ਦਿਨਾਂ ਦੇ ਹੋ ਗਏ ਜੀ ਤੇ ਜਰਮਨ ਭਾਈ ਕਿੰਨੇ ਦਿਨਾਂ ਦੇ ਜਰਮਨ ਵੀ 40 ਦਿਨਾਂ ਦੇ ਨੇ ਜੀ ਓਕੇ ਓਕੇ ਹਾਂਜੀ ਠੀਕ ਹੈ ਜੀ ਕਿਸੇ ਨੇ ਡਾਵਰਮੈਨ ਲੈਣੇ ਹੋਣ ਭਾਈ ਨੂੰ ਕੰਟੈਕਟ ਕਰ ਸਕਦੇ ਆ ਭਾਈ ਕਰ ਕਮਾ ਕੇ ਦਿਖਾ ਦਿਓ ਦੇਖ ਸਕਦੇ ਜੀ ਬਹੁਤ ਸੋਹਣੇ ਡਾਵਰਮੈਨ ਹੈਗੇ ਆ ਅਵੇਲੇਬਲ ਤੇ ਕੰਟੈਕਟ ਕਰ ਸਕਦੇ ਹੋ ਭਾਈ ਨੂੰ ਕੰਟੈਕਟ ਨੰਬਰ ਚੱਲਦਾ ਰਹੂਗਾ ਸਕਰੀਨ ਦੇ ਉੱਤੇ ਠੀਕ ਬਾਈ ਹੁਣ ਇਹਦੇ ਬਾਰੇ ਦੱਸੋ ਥੋੜਾ ਜਿਹਾ ਇਹ ਲੈਬਰਾਡੋਰ ਹੈ ਜੀ ਆਪਣੇ ਨਾ ਡੋਗ ਹੈ ਆਪਣੇ ਕੋਲ ਜੀ ਲੈਬਰਾ ਦਾ ਸਟੱਡ ਉਹਦੇ ਬੱਚੇ ਨੇ ਜੀ ਓਕੇ 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 ਹਾਂਜੀ ਟੋਮ ਦਾ ਉਹਦਾ ਗ੍ਰੈਂਡਸਨ ਦਾ ਬੱਚਾ ਹੈ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਕੀ ਪ੍ਰਾਈਸਿੰਗ ਰੱਖੀ ਬਾਈ ਜੀ ਇਹ ਫੀਮੇਲ ਹੈ ਜੀ ਇਹ ਫੀਮੇਲ 8000 ਰੁਪਏ ਜੀ ਮੇਲ 14000 ਰੁਪਏ ਜੀ ਇਹਦੇ ਨਾਲ ਦਾ ਫੁੱਲ ਹੈਵੀ ਬੱਚੇ ਨੇ ਜੀ ਮਤਲਬ ਜੱਡ ਬਲੈਕ ਅਵੇਲੇਬਲ ਹੈਗੇ ਆ ਇਸ ਟਾਈਮ ਹਾਂ ਜੀ ਆਪਣੇ ਕੋਲ ਆਲ ਟਾਈਮ ਹੀ ਰਹਿੰਦੇ ਆ ਜੀ ਲੈਬਰਾਡੋਰ ਜਰਮਨ ਦਾ ਜੀ ਸਟੱਡ ਆ ਦੋਨਾਂ ਦਾ ਜੀ ਤੇ ਭਾਈ ਦਾ ਆਪਣਾ ਹੀ ਸਟੱਡ ਹੈ ਲੈਬ ਦਾ ਵੀ ਤੇ ਹੋਰ ਕਿਹੜੇ ਕਿਹੜੇ ਸਟੱਡ ਹੈ ਭਾਈ ਜੀ ਆਪਣੇ ਕੋਲ ਲੈਬਰਾ ਜਰਮਨ ਹੈ ਜੀ ਚੌਂ ਹੈ ਬੀਗਲ ਹੈ ਓਕੇ ਜੀ ਓਕੇ ਹਾਂਜੀ ਤੇ ਲੈਬ ਦਾ ਪੱਪੀ ਤੁਸੀਂ ਚੈੱਕ ਕਰ ਸਕਦੇ ਹੋ ਭਾਈ ਇੱਕ ਵਾਰ ਕਮਾ ਕੇ ਦਿਖਾਇਓ ਉਹਨੂੰ ਠੀਕ ਹੈ ਜੀ ਬਹੁਤ ਸੋਹਣਾ ਪੱਪੀ ਹੈ ਠੀਕ ਹੈ ਭਾਈ ਥੈਂਕ ਯੂ ਠੀਕ ਹੈ ਓਕੇ ਬਿਲਕੁਲ ਹਾਂਜੀ ਕੀ ਹਾਲ ਚਾਲ ਹੈ ਬਾਈ ਵਧੀਆ ਵਧੀਆ ਬਾਈ ਜੀ ਤੁਸੀਂ ਸੁਣਾਓ ਜੀ ਬਸ ਠੀਕ ਹੈ ਜੀ ਭਾਈ ਆਪਣਾ ਨਾਮ ਤੇ ਇੱਕ ਵਾਰ ਲੋਕੇਸ਼ਨ ਦੱਸ ਦਿਓ ਆਪਣੀ ਨਾਮ ਮੇਰਾ ਗੁਰਵਿੰਦਰ ਸਿੰਘ ਲਾਲੀ ਹੈ ਵੀਰੇ ਲੋਕੇਸ਼ਨ ਜੀ ਆਪਣੀ ਹੈਗੀ ਦਰਾਹਾ ਮੇਨ ਚੌਂਕ ਦੇ ਵਿੱਚ ਆਪਣੀ ਪੈਟ ਸ਼ਾਪ ਹੈ ਜੀ ਕੁਆਲਿਟੀ ਪੈਟ ਸ਼ਾਪ ਦੇ ਨਾਂ ਤੇ ਆਪਣੀ ਸ਼ਾਪ ਹੈ ਜੀ ਕੁਆਲਿਟੀ ਪੈਟ ਸ਼ਾਪ ਨਾਮ ਤੋਂ ਭਾਈ ਦੀ ਸ਼ਾਪ ਹੈ ਤੇ ਭਾਈ ਕਿਹੜਾ ਡੌਗ ਹੈ ਜੀ ਆਪਣੇ ਕੋਲ ਚੌਚੋ ਹੈ ਜੀ ਚੌਚੋ ਬਰੀਡ ਹੈ ਇਹ ਫੁੱਲ ਫਲੱਫੀ ਬੱਚਾ ਵੀਰੇ ਬਹੁਤ ਸੋਹਣਾ ਹਾਈ ਕੁਆਲਿਟੀ ਦਾ ਬੱਚਾ ਕਿੰਨੀ ਏਜ ਹੋਗੀ ਭਾਈ ਇਹਦੀ ਇਹ 45 ਦਿਨ ਦਾ ਬੱਚਾ ਜੀ 1.5 ਮਹੀਨੇ ਦਾ ਬੱਚਾ ਜੀ ਠੀਕ ਹੈ ਜੀ ਠੀਕ ਹੈ ਇੱਕ ਵੈਕਸੀਨੇਸ਼ਨ ਹਾਂਜੀ ਹਾਂਜੀ ਇੱਕ ਵੈਕਸੀਨੇਸ਼ਨ ਜਿਹੜਾ ਬੱਚਾ ਦਿੰਨੇ ਆ ਵੀਰੇ ਇੱਕ ਵੈਕਸੀਨੇਸ਼ਨ ਕਰਕੇ ਹੀ ਦਿੰਨੇ ਆ ਓਕੇ ਫਸਟ ਵੈਕਸੀਨ ਲਗਾ ਕੇ ਫੇਰ ਹੀ ਬੱਚਾ ਦੇਈਦਾ ਜੀ ਠੀਕ ਹੈ ਜੀ ਠੀਕ ਹੈ ਚੌਚੋ ਬਰੀਡ ਤੇ ਭਾਈ ਆਪਣੇ ਕੋਲ ਹੋਰ ਕਿਹੜੀ ਕਿਹੜੀ ਬਰੀਡਸ ਹੈਗੀਆਂ ਆਪਣੇ ਕੋਲ ਸਾਰੀਆਂ ਬਰੀਡ ਮਿਲ ਜਾਣਗੀਆਂ ਜੀ ਆਲ ਬਰੀਡ ਹਸਕੀ ਚੌਚੋ ਰੋਟਵਿਲਰ ਗੋਲਡਨ ਰਿਟੀਵਰ ਪੱਗ ਪੋਮੇਰੀਅਨ ਜਿਹੜੀ ਮਰਜ਼ੀ ਬਰੀਡ ਲੈ ਲਓ ਜੀ ਸਾਰੀ ਬਰੀਡ ਮਿਲ ਜਾਂਦੀ ਆ ਆਪਣੇ ਕੋਲ ਤੇ ਕੰਟੈਕਟ ਨੰਬਰ ਬੋਲ ਦਿਓ ਵੀਰ ਜੀ ਆਪਣਾ ਇੱਕ ਵਾਰ 9814 9 ਜੀ 638 24 ਮੇਰਾ ਮੋਬਾਈਲ ਨੰਬਰ ਹੈ 98 149 63 8 24 ਬਾਕੀ ਤੁਸੀਂ ਬੱਚਾ ਚੈੱਕ ਕਰ ਹੀ ਲਿਆ ਚੌ ਚੌ ਦਾ ਪ੍ਰਾਈਸਿੰਗ ਕਿੰਨੀ ਹੈ ਭਾਈ ਇਹਦੀ ਇਹ ਵੀਰੇ 20000 ਤੋਂ 25000 ਰੁਪਏ ਦੇ ਵਿੱਚ ਵਿੱਚ ਹੁੰਦਾ ਰੇਟ ਇਹਨਾਂ ਦਾ ਓਕੇ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਭਾਈ ਗੱਲ ਕਰ ਲਈਏ ਹਸਕੀ ਦੀ ਕਿੰਨੀ ਏਜ ਹੋ ਗਈ ਭਾਈ ਇਹਦੀ ਇਹ ਵੀਰੇ 45 ਦਿਨ ਦਾ ਬੱਚਾ ਜੀ ਅੱਜ
ਪੂਰੇ 45 ਦਿਨ ਦਾ ਬੱਚਾ ਹੋ ਗਿਆ ਜੀ। ਠੀਕ ਹੈ ਜੀ। ਹਸਕੀ ਹੈ ਜੀ, ਬਲੈਕ ਐਂਡ ਵਾਈਟ ਕਲਰ ਹੈ ਜੀ, ਡਾਰਕ ਬਲੂ ਆਈਜ਼ ਹੈ। ਡਾਰਕ ਬਲੂ ਆਈਜ਼, ਬਹੁਤ ਸੋਹਣੀ ਬਲੂ ਆਈਜ਼ ਹੈ ਜੀ ਬੱਚਾ। ਸਬੇਰੀਅਨ ਹਸਕੀ ਹੈ, ਤ੍ਰਿਸ਼ੂਲ ਮਾਰਕਿੰਗ ਮੂਰਕਿੰਗ ਹੋ ਗਿਆ ਪੂਰੀ ਪ੍ਰੋਪਰ ਵੀਰੇ ਬੱਚੇ ਦੀ, ਪੂਰਾ ਹਾਈ ਕੁਆਲਿਟੀ ਦਾ ਬੱਚਾ ਵਾ। ਠੀਕ ਹੈ ਜੀ, ਪੂਰਾ ਹੈਲਦੀ ਹੈ ਬੱਚਾ। ਅਤੇ ਹਸਕੀ ਲਵਰਸ ਲਈ ਵਧੀਆ ਓਪਰਚੁਨਿਟੀ ਹੈ, ਗ੍ਰੈਬ ਕਰੋ ਇਹਨੂੰ, ਬੱਚਾ ਚੱਕ ਸਕਦੇ ਹੋ। ਭਾਈ ਕਿਆ ਪ੍ਰਾਈਜ਼ ਹੈ ਇਹ ਵੀਰੇ? ਮਾਰਕੀਟ ਰੇਟ ਇਹਦਾ 22 ਤੋਂ 25 ਹਜ਼ਾਰ ਰੁਪਏ ਚੱਲਦਾ ਜੀ ਮੇਲ ਦਾ। ਠੀਕ ਹੈ ਜੀ, ਬਾਕੀ ਕੋਈ ਗੱਲ ਨਹੀਂ ਭਾਈ, ਤੁਹਾਡੀ ਵੀਡੀਓ ਦੇਖ ਕੇ ਬੰਦਾ ਆਊਗਾ ਆਪਾਂ ਡਿਸਕਾਊਂਟ ਕਰ ਦਾਂਗੇ, ਕੋਈ ਗੱਲ ਨਹੀਂ ਜ਼ਰੂਰ। ਠੀਕ ਹੈ ਜੀ, ਠੀਕ ਹੈ। ਅਤੇ ਭਾਅ ਜੀ ਕੋਲ ਬੱਚਾ ਲੈ ਸਕਦੇ ਹੋ ਤੁਸੀਂ, ਹਾਈ ਕੁਆਲਿਟੀ ਦਾ ਬੱਚਾ। ਹੁਣ ਕਿਹੜੇ ਡੋਗ ਹੈ ਆਪਣੇ ਕੋਲ ਇਸ ਟਾਈਮ 'ਤੇ? ਫਰੈਂਚ ਬੁਲਡੋਗ ਹੈ ਜੀ ਆਪਣੇ ਕੋਲ ਹੁਣ। ਠੀਕ ਹੈ ਜੀ, ਠੀਕ ਹੈ। ਅਤੇ ਕਿੰਨੀ ਏਜ ਹੋ ਗਈ? ਇਹ 50 ਦਿਨ ਦਾ ਬੱਚਾ ਜੀ। ਓਕੇ, ਠੀਕ ਹੈ ਜੀ ਬੱਚਾ, ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਬਾਈ ਕਿਆ ਰੇਟ ਰਹਿੰਦਾ ਇਹਨਾਂ ਦਾ, ਕਿਆ ਪ੍ਰਾਈਜ਼ ਰਹਿੰਦਾ? ਇਹ ਮਾਰਕੀਟ ਰੇਟ ਵੀਰੇ ਦਾ 12 ਤੋਂ 15 ਹਜ਼ਾਰ ਰੁਪਏ ਦੇ ਵਿੱਚ ਹੁੰਦਾ ਹੈ। ਓਕੇ ਓਕੇ, ਹਾਂਜੀ ਠੀਕ ਹੈ ਜੀ। ਭਾਅ ਜੀ ਨੇ ਆਪਣੀ ਬਹੁਤ ਸੋਹਣੀ ਕੁਆਲਿਟੀ ਹੈ ਬੱਚੇ ਦੀ ਜੀ, ਬਹੁਤ ਸੋਹਣਾ ਬੱਚਾ ਵਾ। ਠੀਕ ਹੈ ਜੀ। ਅਤੇ ਬਾਈ ਕੰਟੈਕਟ ਨੰਬਰ ਇੱਕ ਵਾਰ ਰਿਪੀਟ ਕਰ ਦਿਓ ਆਪਣਾ। 9849 ਜੀ, 6824, 9814963824। ਠੀਕ ਹੈ ਜੀ। ਕਿਸੇ ਨੇ ਕੋਈ ਵੀ ਬੱਚਾ ਲੈਣਾ ਹੋਵੇ ਭਾਅ ਜੀ ਨੂੰ ਕੰਟੈਕਟ ਕਰ ਸਕਦੇ ਹੋ। ਠੀਕ ਹੈ ਵੀਰ, ਥੈਂਕ ਯੂ। ਥੈਂਕ ਯੂ ਜੀ। ਹਾਂਜੀ ਵੀਰ ਜੀ, ਕੀ ਹਾਲ ਚਾਲ ਹੈ ਜੀ? ਵਧੀਆ ਜੀ, ਵਧੀਆ। ਭਾਈ ਕਿਹੜੇ ਡੋਗ ਹੈ ਜੀ ਆਪਣੇ ਕੋਲ? ਲੈਬਰੇ ਹੈ ਵੀ ਆ, ਕਲਚਰ ਪੋਮ ਹੈ। ਠੀਕ, ਡਾਵਰਮੈਨ ਹੈ। ਅਤੇ ਕਿਆ ਪ੍ਰਾਈਜ਼ਿੰਗ ਰੱਖੀ ਹੈ ਇਹਨਾਂ ਦੀ? ਲੈਬਰਾ ਦੇ ਵੀ ਆ ਵਿਦ ਪੇਪਰ ਹੈ 20,000, ਵਿਦਆਊਟ ਪੇਪਰ ਹੈ 15,000 ਰੁਪਏ। ਠੀਕ ਹੈ ਜੀ, ਠੀਕ ਹੈ। ਅਤੇ ਹੋਮ ਬਰੀਡਿੰਗ ਹੈ ਭਾਈ ਆਪਣੀ? ਹੋਮ ਬਰੀਡਿੰਗ ਹੈ ਵੀ ਆ, ਰਾਜਾ ਕੇ ਗ੍ਰੈਂਡਸਨ ਕੇ ਬੱਚੇ ਹੈ। ਓਕੇ ਜੀ, ਓਕੇ। ਰਾਜਾ ਗ੍ਰੈਂਡਸਨ ਦੇ ਬੱਚੇ, ਬੱਚੇ ਤੁਸੀਂ ਚੈੱਕ ਕਰ ਸਕਦੇ ਹੋ। ਭਾਈ ਇੱਕ ਵਾਰ ਘੁਮਾ ਕੇ ਦਿਖਾ ਦਿਓ ਸਾਰੇ। ਲਓ ਜੀ, ਬੋਡੀ ਵੇਟ 4 ਸੇ 4.5 ਕਿਲੋ ਵੀ ਆ ਬੱਚੇ ਕਾ। ਓਕੇ 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 ਓਕੇ, ਠੀਕ ਹੈ ਜੀ। ਅਤੇ ਹੋਰ ਕਿਹੜੇ ਬੱਚੇ ਆਪਣੇ ਕੋਲ ਹੁੰਦੇ ਭਾਈ? ਆਲ ਬਰੀਡ ਕਾ ਕੰਮ ਹੈ ਵੀ ਆ, ਫਿਲਹਾਲ ਅਭੀ ਇਹੀ ਬੱਚੇ ਲੈ ਕੇ ਆਏ ਹੈ। ਠੀਕ ਹੈ, ਠੀਕ ਹੈ। ਵੈਸੇ ਕਿਹੜਾ ਏਰੀਆ ਆਪਣਾ? ਆਪਣਾ ਹਰਿਆਣਾ ਰੇਵਾੜੀ। ਠੀਕ ਹੈ ਜੀ, ਠੀਕ, ਸੈਨੀ ਪੈਟ ਸ਼ੋਪ। ਓਕੇ ਓਕੇ ਓਕੇ। ਅਤੇ ਕੰਟੈਕਟ ਨੰਬਰ ਬੋਲ ਦਿਓ ਵੀਰ ਜੀ ਆਪਣਾ ਇੱਕ ਵਾਰ। ਕੰਟੈਕਟ ਨੰਬਰ ਹੈ 9996836786786। ਠੀਕ ਹੈ ਜੀ। ਅਤੇ ਕਿਸੇ ਨੇ ਡੋਗ ਲੈਣੇ ਹੋਣ, ਲੈਬਰਾਡੋਰ, ਕੰਟੈਕਟ ਕਰ ਸਕਦੇ ਹੋ। ਠੀਕ ਹੈ ਵੀਰ ਜੀ, ਥੈਂਕ ਯੂ। ਵੈਲਕਮ ਵੀ ਹੈ, ਵੈਲਕਮ। ਹਾਂਜੀ ਵੀਰ ਜੀ, ਕੀ ਹਾਲ ਚਾਲ ਹੈ ਜੀ? ਵਧੀਆ ਵਧੀਆ, ਤੁਸੀਂ ਦੱਸੋ ਵੀਰ ਜੀ? ਬਹੁਤ ਫਸਟ ਕਲਾਸ। ਭਾਈ ਇੱਕ ਵਾਰ ਆਪਣਾ ਨਾਮ ਅਤੇ ਆਪਣੀ ਲੋਕੇਸ਼ਨ ਦੱਸ ਦਿਓ। ਨਾਮ ਵੀਰੇ ਆਪਣਾ ਕਾਕਾ, ਲੋਕੇਸ਼ਨ ਆਪਣੀ ਖੰਨਾ ਜੀ। ਠੀਕ ਹੈ ਜੀ, ਠੀਕ ਹੈ। ਕਿਹੜੇ ਡੋਗ ਹੈ ਭਾਈ ਆਪਣੇ ਕੋਲ? ਆਪਣੇ ਲਈ ਵੀਰੇ ਟੋਏ ਪਾਮ ਦਾ ਬੇਗਲ, ਜਰਮਨ ਸੈਟਜੂ, ਆਲ ਬਰੀਡ ਵਿੱਚ ਹੈ ਵੀਰੇ ਆਪਣੇ ਬੱਚੇ। ਠੀਕ ਹੈ ਜੀ, ਠੀਕ ਹੈ। ਭਾਈ ਕੋਲ ਬੱਚੇ ਪਏ ਆ, ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਕਿਆ ਪ੍ਰਾਈਜ਼ਿੰਗ ਹੈ ਭਾਈ ਇਹਨਾਂ ਦੀ? ਇਹਦਾ ਵੀਰੇ 18,000 ਰੁਪਇਆ ਮੇਲ ਦਾ। ਓਕੇ। ਇਹਦਾ 14,000 ਮੇਲ ਦਾ ਜੀ। ਅੱਛਾ। 12,000 ਫੀਮੇਲ ਦਾ ਜੀ। ਠੀਕ ਹੈ। ਬਾਕੀ ਅਲੱਗ ਅਲੱਗ ਰੇਟ ਨੇ ਸੈਟਜੂ, ਜਰਮਨ ਜੁਰਮਨ ਜਿਵੇਂ ਵੀ ਹੋਊਗਾ ਬੱਚਾ ਉਹ ਹਿਸਾਬ ਨਾਲ ਜੀ। ਠੀਕ ਹੈ ਜੀ। ਅਤੇ ਭਾਈ ਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ। ਭਾਈ ਆਪਣੇ ਕੋਲ ਹੋਰ ਕਿਹੜੀ ਬਰੀਡ ਦਾ ਕੰਮ ਹੈਗਾ? ਵੀਰੇ ਆਲ ਬਰੀਡ ਵਿੱਚ ਜਰਮਨ ਦੇ ਬੱਚੇ ਹੋ ਗਏ, ਸੈਟਜੂ ਹੋ ਗਿਆ, ਚੌਂ ਹੋ ਗਏ, ਟੋਏ ਬਰੀਡ 'ਚ। ਠੀਕ ਹੈ। ਹਾਂਜੀ ਵੀਰੇ। ਅਤੇ ਸਟਾਰਟਰ ਸਰਵਿਸ ਦੇ ਵਿੱਚ ਆਪਣਾ ਹੈਗਾ ਕੁਛ? ਹਾਂਜੀ ਹਾਂਜੀ ਵੀਰੇ, ਆਲ ਇੱਕ ਬੱਚਾ ਲੈ ਕੇ ਆਉਂਦਾ ਨੇ ਜਰਮਨ ਜਰਮਨ ਦਾ, ਬਾਕੀ ਸਟਾਰਟਰ ਸਰਵਿਸ ਆਲ ਦੀ ਆਪਣੇ ਲਵੇ ਘਰ ਨੇ, ਬਾਕੀ ਇਹਨੇ ਲਿਆਉਣੇ ਓਕੇ, ਤੁਹਾਨੂੰ ਪਤਾ ਆ। ਠੀਕ, ਉਹ ਬੈਠਾ ਜੀ ਆਪਣਾ ਮੇਲ। ਓਕੇ ਓਕੇ ਓਕੇ। ਜਰਮਨ ਦਾ ਸਟੱਡ ਤੁਸੀਂ ਚੈੱਕ ਕਰ ਸਕਦੇ ਹੋ। ਤੇ ਸਟੱਡ ਬਾਈ ਬਹੁਤ ਸੋਹਣਾ ਆਪਣਾ। ਹਾਂਜੀ ਵੀਰੇ, ਆਪਣੇ ਨਾਲ ਬਲੈਕ ਸਟੱਡ ਵੀ ਹੈਗਾ ਇਹ ਨਾਲ ਦਾ ਜਰਮਨ ਦਾ। ਠੀਕ, ਮਤਲਬ ਉਹਦੇ ਬੱਚੇ ਲਿਆਉਣ ਕਰਕੇ ਔਖਾ ਹੋ ਰਿਹਾ ਸੀ ਨਾ, ਤਾਂ ਕਰਕੇ ਹਾਸਕੀ ਦੇ ਨੇ ਸੁਪਰ ਬੁੱਲੀ ਕੋਟ ਆਲ ਬਰੀਡ ਵਿੱਚ ਸਟੱਡ ਸਰਵਿਸ ਆਪਣੀ। ਓਕੇ ਓਕੇ ਓਕੇ, ਹਾਂਜੀ ਠੀਕ ਹੈ। ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਵੀ ਇੱਕ ਵਾਰ। 7977333475। ਠੀਕ ਹੈ ਜੀ, ਠੀਕ ਹੈ। ਬੱਚੇ ਬਾਈ ਕੋਲ ਅਵੇਲੇਬਲ ਹੈ, ਕੰਟੈਕਟ ਕਰ ਸਕਦੇ ਹੋ, ਨੰਬਰ ਸਕਰੀਨ ਤੇ ਚੱਲਦਾ ਰਹੂਗਾ। ਠੀਕ ਹੈ ਵੀਰ, ਥੈਂਕ ਯੂ। ਓਕੇ, ਥੈਂਕ ਯੂ। ਹਾਂਜੀ ਬਾਈ, ਕੀ ਹਾਲ ਚਾਲ ਹੈ ਜੀ? ਹਾਂਜੀ ਵਧੀਆ ਵਧੀਆ ਵੀਰੇ, ਹੋਰ ਦੱਸੋ, ਠੀਕ ਠੀਕ ਠਾਕ ਹੋ? ਬਸ ਠੀਕ ਹੈ ਜੀ। ਭਾਅ ਜੀ ਅੱਜ ਕਿਆ ਲੈ ਕੇ ਆਏ ਹੋ ਬਾਈ ਤੁਸੀਂ? ਇਹ ਵੀਰੇ ਜੀ ਆਪਣਾ ਡੋਗ ਫੂਡ ਆ ਜੀ। ਓਕੇ। ਬੀਟ ਵੈਦਰ ਦੇ ਨਾਮ ਤੋਂ ਆਉਂਦਾ ਇਹ ਆਪਣਾ। ਠੀਕ। ਇਹਦੀ ਸਪੈਸ਼ਲਾਈਜੇਸ਼ਨ ਆ ਵੀਰੇ, ਜਿੱਦਾਂ ਤੁਸੀਂ ਆਮ ਹੀ ਦੇਖਿਆ ਹੋਊਗਾ ਵੀ ਜਿਹੜੀਆਂ ਹੋਰ ਕੰਪਨੀਆਂ ਦੇ ਫੂਡ ਆਉਂਦੇ ਆ, ਉਹ ਆਪਣੇ ਸਮਰ ਦੇ ਲਈ, ਵਿੰਟਰ ਦੇ ਲਈ ਇੱਕੋ ਹੀ ਫੂਡ ਹੁੰਦਾ, ਉਹੀ ਫੂਡ ਆਪਣਾ ਗਰਮੀਆਂ ਦੇ ਵਿੱਚ ਪੈਂਦਾ, ਉਹੀ ਸਰਦੀਆਂ ਦੇ ਵਿੱਚ ਪੈਂਦਾ। ਬਟ ਜਿਹੜੀ ਆਪਣੀ ਇਹ ਫੀਲਡ ਦੀ ਖਾਸੀਅਤ ਆ ਉਹ ਇਹੀ ਆ ਵੀਰੇ, ਆਪਣਾ ਜਿੱਦਾਂ ਬੀਟ ਵੈਦਰ ਦਾ ਸਮਰ ਸੀਰੀਜ਼ ਆ, ਇਹ ਆਪਣਾ ਹੁਣ ਗਰਮੀਆਂ ਦੇ ਵਿੱਚ ਸਪੈਸ਼ਲ ਗਰਮੀਆਂ ਲਈ ਬਣਿਆ ਹੋਇਆ ਫੂਡ ਆ।
ਤੇ ਇਹ ਸਪੈਸ਼ਲ ਗਰਮੀਆਂ ਲਈ ਇਹਨੂੰ ਠੰਡਾ ਕਰਨ ਦੇ ਲਈ ਵੀ ਜਾਂ ਇਹਨੂੰ ਤਾਕਤਵਰ ਕਰਨ ਦੇ ਲਈ ਆਪਣੀਆਂ ਜਿਹੜੀਆਂ 32 ਹਰਬਸ ਆਪਣੀਆਂ ਇਹਦੇ ਵਿੱਚ ਐਡ ਨੇ, ਮਤਲਬ ਇੱਕ ਇਹਨੂੰ ਆਪਾਂ ਹਰਬਲ ਟੱਚ ਵੀ ਦਿੱਤਾ ਫੀਡ ਨੂੰ, ਜਿਹਦੇ ਨਾਲ ਕਿ ਤੁਹਾਨੂੰ ਐਕਸਟਰਾ ਵੀ ਇਹਦੇ ਨਾਲ ਕੋਈ ਵੀ ਕੈਲਸ਼ੀਅਮ ਮਲਟੀਵਿਟਾਮਿਨ ਵਗੈਰਾ ਕੁਛ ਵੀ ਦੇਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ। ਠੀਕ ਹੈ ਜੀ। ਹਾਂਜੀ ਹਾਂਜੀ। ਵਿੰਟਰਸ ਦੇ ਲਈ ਲਗਾਉਂਦੀ ਜੇ ਇਹ? ਵਿੰਟਰਸ ਦੇ ਲਈ ਵੀ ਆਪਣੀ 11ਵੇਂ ਮਹੀਨੇ ਦੇ ਵਿੱਚ ਆਊਗੀ, ਜਿੱਦਾਂ ਇਹ ਸਮਰ ਸੀਰੀਜ਼ ਦੇ ਨਾਮ ਤੋਂ ਆਈ ਆ ਉਹ 12 ਵਿੰਟਰ ਦੇ ਨਾਮ ਤੋਂ ਆਊਗੀ। ਓਕੇ ਓਕੇ। ਹਾਂਜੀ ਹਾਂਜੀ। ਤੇ ਭਾਈ ਕਿਸੇ ਨੇ ਬੁੱਕ ਕਰਨੀ ਹੋਵੇ ਜਾਂ ਲੈਣੀ ਹੋਵੇ ਤੁਹਾਨੂੰ ਕਿਵੇਂ ਕੰਟੈਕਟ ਕਰੇ? ਇਹ ਵੀਰੇ ਜੀ ਆਪਣੀ ਐਮਾਜ਼ਾਨ ਤੇ ਵੀ ਅਵੇਲੇਬਲ ਹੈਗੀ ਆ ਜੀ। ਓਕੇ। ਜੇ ਵੈਬਸਾਈਟ ਤੋਂ ਲੈਣਾ ਤਾਂ beatweather.com ਸਪੈਸ਼ਲ ਜਿੱਦਾਂ ਲਿਖਿਆ ਹੋਇਆ ਬਸ ਇਦਾਂ ਹੀ ਸਿੰਪਲ beatweather.com ਵੈਬਸਾਈਟ ਤੋਂ ਵੀ ਖਰੀਦ ਸਕਦੇ ਹੋ, ਅਦਰਵਾਈਜ਼ ਤੁਸੀਂ 7808 6780 88 7808 7806 88 ਨੰਬਰ 'ਤੇ ਤੁਸੀਂ ਮੈਨੂੰ ਕਾਲ ਕਰਕੇ ਆਪਣਾ ਵੇਟ ਵਗੈਰਾ ਦੱਸਣਾ ਵੀ ਕਿੰਨਾ ਲੈਣਾ ਵਾ, ਅਸੀਂ ਤੁਹਾਡੇ ਘਰੇ ਡਿਲੀਵਰੀ ਕਰ ਦਿਆਂਗੇ। ਇਹਦਾ ਜਿਹੜੀ ਡਿਲੀਵਰੀ ਫ੍ਰੀ ਆ ਵੀਰੇ, ਹੋਮ ਡਿਲੀਵਰੀ ਫ੍ਰੀ ਆ ਇਹਦੀ। ਓਕੇ ਓਕੇ। ਹਾਂਜੀ ਹਾਂਜੀ। ਤੇ ਕਾਫੀ ਵਧੀਆ ਚੀਜ਼ ਹੈ। ਹਾਂਜੀ ਅਲੱਗ ਵਿੰਟਰ ਦੇ ਅਲੱਗ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਜਿੱਦਾਂ ਤੁਸੀਂ ਦੇਖਿਆ ਵੀਰੇ ਆਮ ਗਰਮੀਆਂ ਦੇ ਵਿੱਚ ਡੌਗ ਬਹੁਤ ਜ਼ਿਆਦਾ ਤੌਂਸਣ ਲੱਗ ਜਾਂਦੇ ਆ, ਉਹ ਚੀਜ਼ ਦੇ ਉੱਤੇ 110% ਆਪਾਂ ਨੂੰ ਰਿਜ਼ਲਟ ਮਿਲੂਗਾ ਇਹ ਚੀਜ਼ ਦਾ। ਓਕੇ ਜੀ। ਕਿੱਦਾਂ ਕੋਈ ਕਿਸੇ ਦਾ ਡੌਗ ਸਟੱਡ ਲਈ ਘੱਟ ਕੰਮ ਦੇ ਰਿਹਾ, ਮਤਲਬ ਥੋੜ੍ਹੀ ਫੀਮੇਲ ਦੇ ਲਈ ਚੱਸ ਥੋੜ੍ਹੀ ਘੱਟ ਕਰ ਰਿਹਾ ਜਾਂ ਫੀਮੇਲ ਕੋਈ ਲਿਟਰ ਮਿਸ ਕਰ ਰਹੀ ਆ, ਉਹਦੇ ਵਿੱਚ ਵੀ ਇਹ 110% ਰਿਜ਼ਲਟ ਦਿਓ। ਠੀਕ ਹੈ ਜੀ। ਹਾਂਜੀ ਹਾਂਜੀ। ਭਾਈ ਕਿੱਥੇ ਦੀ ਇਹ ਬ੍ਰਾਂਡਿੰਗ ਕਿੱਥੇ ਦੀ ਹੈ ਜੀ? ਇਹ ਵੀਰੇ ਆਪਣੀ ਜਿਹੜੀ beatweather ਕੰਪਨੀ ਆ ਜੀ, ਇਹ ਹੈਗੀ ਅਮੈਰੀਕਨ ਰਜਿਸਟਰਡ, ਬਟ ਇਹਦਾ ਜਿਹੜਾ ਇੰਡੀਆ ਦਾ ਸਾਰਾ ਕੰਮ ਤਾਂ ਉਹ ਮੇਰੇ ਕੋਲ ਆ ਵੀਰੇ। ਇੰਡੀਆ ਦੇ ਵਿੱਚ ਆਪਾਂ ਆਨਲਾਈਨ ਹੀ ਡਿਲੀਵਰੀ ਕਰਦੇ ਹਾਂ ਜੀ, ਪੈਟ ਸ਼ਾਪਾਂ 'ਤੇ ਫਿਲਹਾਲ ਹੀ ਅਵੇਲੇਬਲ ਨਹੀਂ ਹੈਗੀ ਵੀਰੇ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਭਾਈ ਕੁਆਂਟੀਟੀ ਦੱਸੋ, ਕਿੰਨੇ ਕੁਆਂਟੀਟੀ ਦੇ ਪੈਕਸ ਆਉਂਦੇ? ਇਹ ਵੀਰੇ ਜੀ ਆਪਣੀ 1.25 ਕਿਲੋ ਤੋਂ ਸ਼ੁਰੂ ਹੋ ਜਾਂਦੀ ਹੈ ਜੀ। 1.25 ਕਿਲੋ ਵਾਲਾ ਪੈਕਟ ਆ ਜਿਹੜਾ ਆਪਣਾ 550 ਰੁਪਏ ਦਾ ਜੀ, 2.5 ਕਿਲੋ 950 ਰੁਪਏ ਦਾ, 5 ਕਿਲੋ 1700 ਰੁਪਏ ਦਾ ਜੀ, 10 ਕਿਲੋ 3200 ਰੁਪਏ ਦਾ। ਡਿਲੀਵਰੀ ਸਾਰਿਆਂ ਦੇ ਨਾਲ ਫ੍ਰੀ ਆ, ਚਾਹੇ ਤੁਸੀਂ 1 ਕਿਲੋ ਵਾਲਾ ਲੈ ਲਓ ਚਾਹੇ 10 ਕਿਲੋ ਲੈ ਲਓ। ਓਕੇ ਜੀ। ਹਾਂਜੀ ਹਾਂਜੀ। ਤੇ ਕਾਫੀ ਵਧੀਆ ਚੀਜ਼ ਹੈ। ਹਾਂਜੀ ਹਾਂਜੀ। ਇੱਕ ਵਾਰ ਕੰਟੈਕਟ ਨੰਬਰ ਤੇ ਆਪਣਾ ਨਾਮ ਦੱਸ ਦਿਓ ਸਾਰਿਆਂ ਨੂੰ। ਇਹ ਵੀਰੇ beatweather ਕੰਪਨੀ ਦੇ ਨਾਮ ਤੋਂ ਤੁਸੀਂ ਸੇਵ ਕਰ ਲਿਓ ਜੀ, 7808 6780 88 7808 6 7808 88। ਠੀਕ ਹੈ ਜੀ। ਹਾਂਜੀ ਹਾਂਜੀ। ਓਕੇ, ਥੈਂਕ ਯੂ ਵੀਰੇ ਜੀ। ਠੀਕ ਹੈ ਜੀ ਵੀਰ ਜੀ, ਥੈਂਕ ਯੂ। ਓਕੇ ਵੀਰੇ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ, ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ ਭਾਜੀ, ਹੋਰ ਠੀਕ ਹੋ ਜੀ? ਬਾ ਫਸਟ ਕਲਾਸ ਭਾਈ। ਇੱਕ ਵਾਰ ਆਪਣਾ ਨਾਮ ਤੇ ਆਪਣੀ ਲੋਕੇਸ਼ਨ ਦੱਸ ਦਿਓ। ਭਾਜੀ ਮੇਰਾ ਨਾਮ ਹੈ ਗੁਰਵਿੰਦਰ ਸਿੰਘ, ਆਪਣੀ ਲੋਕੇਸ਼ਨ ਆ ਦਰਾਹਾ। ਠੀਕ ਹੈ ਜੀ। ਤੇ ਸੁਹਾਣ ਪਿੱਟ ਸ਼ਾਪ ਆਪਣੀ ਆ। ਓਕੇ ਓਕੇ। ਤੇ ਫੌਜੀ ਸਾਹਿਬ ਦੇ ਨਾਮ ਨਾਲ ਆਪਣਾ ਜ਼ਿਆਦਾ ਉਹ ਜਾਣਦੇ ਨੇ ਆਪਾਂ ਲੋਕ। ਓਕੇ ਓਕੇ। ਹਾਂਜੀ। ਤੇ ਭਾਜੀ ਕਿਹੜੀ ਬਰੀਡ ਦੇ ਅੱਜ ਆਪਣੇ ਕੋਲ? ਭਾਜੀ ਅੱਜ ਆਪਾਂ ਲੈ ਕੇ ਆਏ ਹਾਂ ਕਲਚਰ, ਲੈ ਕੇ ਆਏ ਹਾਂ। ਠੀਕ ਹੈ ਜੀ। ਲੈਬਰਿਆ ਤੇ ਜਰਮਨ ਸ਼ੈਪਰਡ ਆ, ਔਰ ਪੌਕਟ ਸਾਈਜ਼ ਦੀ ਫੀਮੇਲ ਅਮੈਰੀਕਨ ਬੁਲੀ। ਓਕੇ। ਦੋ ਬੀਗਲ ਦੇ ਬੱਚੇ ਨੇ। ਹਾਂਜੀ। ਤੇ ਪੋਮੇਰੀਅਨ ਦੇ 2 ਮੇਲ, ਇੱਕ ਫੀਮੇਲ ਲੈ ਕੇ ਆਇਆ। ਆਹ ਭਾਈ ਇੱਧਰ ਪੋਮੇਰੀਅਨ ਆ ਆਪਣੇ? ਇਹ ਸ਼ਾਰਟ ਹੈਡ ਦੇ ਪੋਮੇਰੀਅਨ ਦੇ ਬੱਚੇ ਨੇ ਜੀ। ਓਕੇ। ਤੇ ਏਜ ਹੈਗੀ ਇਹਨਾਂ ਦੀ 35-35 ਦਿਨ। ਠੀਕ ਹੈ ਜੀ, ਠੀਕ ਹੈ। ਤੇ ਭਾਈ ਪ੍ਰਾਈਜ਼ਿੰਗ ਇੱਕ ਵਾਰ ਸਾਰਿਆਂ ਦੀ ਦੱਸ ਦਿਓ। ਭਾਜੀ ਪ੍ਰਾਈਜ਼ ਆ ਦੇਖੋ ਕਿੰਨਾ ਸੋਹਣਾ ਬੱਚਾ ਵਾ, ਗੋਲੂ ਮੋਲੂ ਕਲਚਰ ਦਾ ਬੱਚਾ, ਇਹ 12,000 ਦਾ ਦੇ ਦਾਂਗੇ। ਓਕੇ। ਤੇ ਭਾਜੀ ਇਹ ਦੇ ਦਾਂਗੇ ਆਪਾਂ ਲੈਬਰੇ ਮੇਲ ਆ ਇਹ 16,000 ਦਾ ਦੇ ਦਾਂਗੇ। ਠੀਕ ਹੈ ਜੀ, ਠੀਕ ਹੈ। ਹਾਂਜੀ ਭਾਈ, ਹੁਣ ਆਪਣੇ ਕੋਲ ਬੁਲੀ ਤੇ ਜਰਮਨ ਸ਼ੈਫਰਡ। ਭਾਜੀ ਜਰਮਨ ਸ਼ੈਫਰਡ ਇਹ ਡਬਲ ਕੋਟ ਦੀ ਫੀਮੇਲ ਆ, ਦੇਖੋ ਬਾਲ ਇਹਦੇ ਕਿੰਨੇ ਨੇ, ਔਰ ਫੁੱਲ ਐਕਟਿਵ ਫੀਮੇਲ ਆ ਇਹ। ਠੀਕ ਹੈ ਜੀ। ਇਹ ਭਾਜੀ ਦੇ ਦਾਂਗੇ 8,000 ਦੀ ਫੀਮੇਲ ਦੇ ਦਾਂਗੇ। ਓਕੇ। ਤੇ ਅਮੈਰੀਕਨ ਬੁਲੀ ਹੈ ਜੀ, ਟੌਪ ਕੁਆਲਿਟੀ। ਠੀਕ ਹੈ ਜੀ, ਠੀਕ ਹੈ ਜੀ। ਇਹਦੀ ਵੈਕਸੀਨੇਸ਼ਨ ਕੰਪਲੀਟ ਹੈ, 10,000 ਦੀ ਫੀਮੇਲ ਦੇ ਦਾਂਗੇ ਭਾਜੀ ਇਹ। ਠੀਕ ਹੈ ਜੀ। ਤੇ ਕਿੰਨੀ ਏਜ ਹੋਗੀ ਇਹਨਾਂ ਦੀ? ਇਹਦੀ ਭਾਜੀ 70 ਦਿਨ ਹੈ। ਠੀਕ ਹੈ। ਤੇ ਇਹਦੇ ਇੱਕ ਵੈਕਸੀਨੇਸ਼ਨ ਲੱਗੀ ਹੋਈ ਹੈ, 60 ਦਿਨ ਦੀ ਫੀਮੇਲ ਆ ਇਹ। ਠੀਕ ਹੈ ਜੀ, ਠੀਕ ਹੈ। ਹਾਂਜੀ। ਤੇ ਭਾਈ ਆਪਣਾ ਕੰਟੈਕਟ ਨੰਬਰ ਦੱਸ ਦਿਓ। 8360098400। ਠੀਕ ਹੈ ਜੀ, ਠੀਕ ਹੈ। ਤੇ ਭਾਈ ਕਿਸੇ ਦੇ ਡੌਗ ਲੈਣੇ ਹੁਣ ਭਾਈ ਤੋਂ ਕੰਟੈਕਟ ਕਰ ਸਕਦੇ ਹੋ। ਠੀਕ ਹੈ ਵੀਰ ਜੀ, ਥੈਂਕ ਯੂ। ਠੀਕ ਹੈ ਭਾਜੀ, ਓਕੇ, ਥੈਂਕ ਯੂ ਜੀ। ਵੀਰ ਜੀ ਕੀ ਹਾਲ ਚਾਲ ਹੈ ਜੀ? ਵਧੀਆ ਜੀ, ਤੁਸੀਂ ਦੱਸੋ ਵੀਰ ਜੀ? ਬਾ ਫਸਟ ਕਲਾਸ ਭਾਈ। ਅੱਜ ਚਾਓ ਚਾਓ ਲੈ ਕੇ ਆਏ ਹੋ? ਹਾਂਜੀ ਵੀਰ ਜੀ, 2 ਚਾਓ ਚਾਓ ਲੈ ਕੇ ਆਏ ਆਪਾਂ। ਠੀਕ ਹੈ ਜੀ। ਇਹ ਸ਼ੋਅ ਦੇ ਵਿੱਚ ਲਾਉਣੇ ਵੀਰ? ਹਾਂਜੀ ਵੀਰੇ, ਸ਼ੋਅ ਕਰਨੇ ਆ। ਓਕੇ ਓਕੇ ਓਕੇ।
ਤੇ ਆਪਣੇ ਕੋਲ ਬੱਚੇ ਇਹਨਾਂ ਦੇ ਹੁੰਦੇ ਆ ਅਵੇਲੇਬਲ? ਵੀਰੇ ਬੱਚੇ ਮਿਲ ਜਾਂਦੇ ਆਪਣੇ ਕੋਲ। ਠੀਕ ਹੈ, ਕਿਆ ਪ੍ਰਾਈਸਿੰਗ ਵਗੈਰਾ ਰਹਿੰਦੀ? ਵੀਰੇ ਸਟਾਰਟਿੰਗ ਪ੍ਰਾਈਸ 15,000 ਆ, ਬਾਕੀ ਕੁਆਲਿਟੀ ਦੇ ਹਿਸਾਬ ਨਾਲ ਤੇ ਵਿਦ ਪੇਪਰ ਉਸ ਹਿਸਾਬ ਨਾਲ ਪ੍ਰਾਈਸ ਹੋ ਜਾਂਦੇ ਆ। ਠੀਕ ਹੈ ਜੀ, ਠੀਕ ਹੈ। ਵਿਦ ਪੇਪਰ ਸਾਰੇ ਬੱਚੇ ਆਪਣੇ ਕੋਲ ਵਿਦ ਪੇਪਰ ਹੋਣਗੇ? ਹਾਂਜੀ ਵੀਰੇ, ਵਿਦ ਪੇਪਰ ਹੀ ਮਿਲ ਜਾਂਦੇ, ਵਿਦਆਊਟ ਪੇਪਰ ਵੀ ਮਿਲ ਜਾਂਦੇ ਆ। ਠੀਕ ਹੈ ਜੀ, ਠੀਕ ਹੈ। ਵੈਸੇ ਕਿ ਏਸੀ ਰਜਿਸਟਰਡ ਹੈ? ਹਾਂਜੀ ਵੀਰੇ। ਵੀ ਆਪਣਾ ਕੈਨਲ ਹੈ ਕਿ ਹੋਮ ਬਰੀਡਿੰਗ ਹੈ? ਵੀਰੇ ਆਪਾਂ ਹੋਮ ਬਰੀਡਿੰਗ ਆਪਣੀ। ਓਕੇ ਓਕੇ ਓਕੇ। ਤੇ ਸ਼ੋਅ ਵਾਸਤੇ ਲੈ ਕੇ ਆਏ ਆ ਵੀਰ, ਅੱਜ ਡੋਗਸ ਦੇਖ ਸਕਦੇ ਹੋ ਤੁਸੀਂ, ਚੌਕ ਚੌਕ ਦੋਨੋਂ। ਭਾਈ ਰਸ਼ੀਅਨ ਹੈ ਕਿ ਚਾਈਨੀਜ਼ ਹੈ? ਵੀਰੇ ਰਸ਼ੀਅਨ ਹੈ। ਰਸ਼ੀਅਨ ਹੈ, ਠੀਕ ਹੈ ਜੀ, ਠੀਕ ਹੈ। ਤੇ ਪਹਿਲਾਂ ਲੱਗੀ ਭਾਈ ਇਹਨਾਂ ਦੀ ਪੋਜੀਸ਼ਨ ਕੋਈ? ਨਹੀਂ ਵੀਰੇ, ਹਜੇ ਪਹਿਲਾਂ ਜਿਹੜੇ ਪਿਛਲੇ ਲਾਸਟ ਈਅਰ ਹੋਏ ਨੇ ਸ਼ੋਅ, ਉਹਦੇ ਵਿੱਚ ਇਹਦੀ ਪੋਜੀਸ਼ਨ ਪਈ ਆ ਵੀਰੇ। ਹੁਣ ਤੱਕ ਤਾਂ BOBA ਲੱਗਿਆ ਹੈ। ਓਕੇ, ਇਹ ਹਜੇ 9 ਮੰਥ ਦਾ, ਇਹਦੀ ਹਜੇ ਫਸਟ ਟਾਈਮ ਆ ਇਹਦਾ। ਠੀਕ ਹੈ ਜੀ, ਠੀਕ ਹੈ। ਤੇ ਇੱਕ ਡੌਗ ਲੱਗਿਆ, ਇੱਕ ਦਾ ਫਸਟ ਟਾਈਮ ਸ਼ੋਅ ਹੈ। ਠੀਕ ਹੈ ਬਾਈ, ਜੇ ਕਿਸੇ ਨੇ ਆਪਣਾ ਚਾਓ ਲੈਣੇ ਹੋਣ ਕੰਟੈਕਟ ਕਰ ਸਕਦੇ ਹੋ ਵੀਰ ਨੂੰ। ਭਾਈ ਇੱਕ ਵਾਰ ਆਪਣਾ ਕੰਟੈਕਟ ਨੰਬਰ ਬੋਲ ਦਿਓ। ਮੇਰੇ ਨੰਬਰ ਆਪਣਾ 6280038730। ਠੀਕ ਹੈ ਜੀ, ਸਟੱਡ ਸਰਵਿਸ ਵੀਰੇ ਆਪਣੇ ਕੋਲ ਮਿਲ ਜਾਂਦੀ। ਓਕੇ ਓਕੇ, ਅਤੇ ਸਟੱਡ ਆਪਣੇ ਕੋਲ ਚਾਓ ਦੀ ਹੋਏ? ਹਾਂਜੀ ਵੀਰੇ। ਠੀਕ ਹੈ ਜੀ, ਕਿਵੇਂ ਡੀਲਿੰਗ ਕਿਵੇਂ ਕਰਦੇ ਫਿਰ? ਵੀਰੇ ਡੀਲਿੰਗ ਆਪਣੇ ਕੋਲ ਵਿਦ ਕੈਸ਼ ਵੀ ਹੋ ਜਾਂਦੀ ਹੈ, ਪੱਪ ਵੀ ਹੋ ਜਾਂਦੀ ਹੈ। ਓਕੇ ਓਕੇ ਓਕੇ, ਠੀਕ ਹੈ ਜੀ। ਆਪਣਾ ਵੈਸੇ ਲੋਕੇਸ਼ਨ ਕੀ ਹੈ ਵੀਰ? ਵੀਰੇ ਲੋਕੇਸ਼ਨ ਆਪਣੀ ਖੰਨਾ। ਠੀਕ ਹੈ ਜੀ, ਠੀਕ ਹੈ, ਚਲੋ ਠੀਕ ਹੈ ਵੀਰ, ਥੈਂਕ ਯੂ। ਥੈਂਕ ਯੂ ਵੀਰੇ। ਜੀ ਬਾਈ ਜੀ, ਕੀ ਹਾਲ ਚਾਲ ਹੈ ਜੀ? ਵਧੀਆ ਵਧੀਆ ਵੀਰੇ, ਵਧੀਆ, ਗੁੱਡ ਜੀ। ਬਹੁਤ ਵਧੀਆ ਜੀ। ਬਾਈ ਕਿੱਥੋਂ ਆਪਾਂ ਆਏ? ਲੁਧਿਆਣੇ ਤੋਂ ਵੀਰੇ। ਠੀਕ ਹੈ ਜੀ, ਆਪਣਾ ਨਾਮ ਦੱਸ ਦਿਓ ਬਾਈ ਇੱਕ ਵਾਰ। ਨਾਮ ਵੀਰੇ ਹੈਗਾ ਆਪਣਾ ਕਰਨ ਜੀ। ਠੀਕ ਹੈ ਜੀ, ਤੇ ਭਾਈ ਹਸਕੀ ਆ ਜਾ ਆਪਣੇ ਕੋਲ? ਹਾਂਜੀ ਹਾਂਜੀ, ਹਸਕੀ ਆ ਵੀਰੇ, ਬਲੂ ਆਈਸ। ਕੀ ਪ੍ਰਾਈਸ ਰਹਿਣ ਵਾਲਾ? ਪ੍ਰੋਪਰ ਮਾਰਕਿੰਗ ਦੇ ਵਿੱਚ ਇਹ ਹੋਊਗਾ ਵੀਰੇ, 25,000 ਦਾ ਮੇਲ ਆ ਜੀ। ਠੀਕ ਹੈ ਜੀ, ਠੀਕ ਹੈ। ਹਾਂਜੀ, ਮਾਰਕਿੰਗ ਬਹੁਤ ਸੋਹਣੀ ਆ। ਬਾਕੀ ਜੋ ਆਪਣੇ ਵੀਡੀਓ 'ਚ ਦੱਸ ਕੇ ਆਉਣਗੇ, ਮਾਣ ਤਾਣ ਹੋ ਜਾਊਗਾ ਜੋ ਵੀਰੇ ਮੌਕੇ 'ਤੇ ਆ। ਠੀਕ ਹੈ ਜੀ, ਠੀਕ ਹੈ। ਅਤੇ ਭਾਈ ਨੂੰ ਦੱਸ ਦਿਓ, ਸਪੈਸ਼ਲ ਵੀ ਵੀਡੀਓ ਦੇਖ ਕੇ ਆਏ ਹਾਂ। ਹਾਂਜੀ ਹਾਂਜੀ ਹਾਂਜੀ, ਭਾਈ ਇੱਕ ਵਾਰ ਘੁਮਾ ਕੇ ਦਿਖਾ ਦਿਓ ਸਾਰੇ। ਲਓ ਜੀ, ਸਾਰੇ ਮੇਲ ਹੀ ਨੇ? ਨਹੀਂ, 3 ਮੇਲ ਆ ਵੀਰੇ, 1 ਫੀਮੇਲ ਆ। ਹੋਰ ਕਿਹੜੇ ਡੌਗ ਮੇ ਆਪਣੇ ਕੋਲ? ਹੋਰ ਵੀਰੇ ਆਪਣੇ ਕੋਲ ਟੋਏ ਪੌਮ ਆ ਜੀ, ਸ਼ਿਡਜੂ ਆ, ਬੀਗਲ ਆ। ਠੀਕ ਹੈ ਜੀ, ਠੀਕ ਹੈ। ਹਾਂਜੀ, ਇੱਕ ਵਾਰ ਭਾਈ ਟੋਏ ਪੌਮ ਦਿਖਾ ਦਈਏ। ਟੋਏ ਪੌਮ ਭਾਈ ਜੀ ਦੇਖ ਸਕਦੇ ਹੋ, ਭਾਈ ਕਿੰਨੀ ਏਜ ਹੋਗੀ ਇਹਨਾਂ ਦੀ? ਇਹ ਹੈਗੇ ਵੀਰੇ 45 ਦਿਨ ਪਲੱਸ ਆ ਜੀ। ਓਕੇ ਓਕੇ, ਹਾਂਜੀ ਹਾਂਜੀ। ਵੈਕਸੀਨੇਸ਼ਨ ਵਗੈਰਾ ਹੋਈ ਹੈ ਇਹਨਾਂ ਦੀ ਕੋਈ? ਹਾਂ, ਵੈਕਸੀਨੇਸ਼ਨ ਵਗੈਰਾ 1-1 ਹੋਈ ਆ ਵੀਰੇ। ਠੀਕ ਹੈ ਜੀ, ਤੇ ਪ੍ਰੋਪਰ ਫਾਰਮ ਵਗੈਰਾ ਚੈੱਕ ਕਰ ਸਕਦੇ ਆ, ਪ੍ਰੋਪਰ ਟੋਏ ਪੌਮ 'ਚ ਆ। ਹਾਂਜੀ ਹਾਂਜੀ, ਭਾਈ ਕੀ ਪ੍ਰਾਈਸ ਰਹਿਣ ਵਾਲਾ ਇਹਨਾਂ ਦਾ? ਇਹਨਾਂ ਦਾ ਵੀਰੇ 25,000 ਰੁਪਇਆ ਮਿਲਦਾ ਜੀ, 18,000 ਰੁਪਏ ਦੀ ਫੀਮੇਲ ਆ ਜੀ। ਓਕੇ, ਹਾਂਜੀ। ਕਾਫੀ ਕਿਊਟ ਡੌਗ ਹੈ, ਫਲੱਫੀ ਡੌਗ ਹੈ ਪੂਰੇ। ਭਾਈ ਨੇ ਪ੍ਰਾਈਸ ਦੱਸ ਦਿੱਤਾ। ਤੇ ਭਾਈ ਆਪਣਾ ਇੱਕ ਵਾਰ ਕੰਟੈਕਟ ਨੰਬਰ ਦੱਸ ਦਿਓ ਸਾਰਿਆਂ ਨੂੰ। ਕੰਟੈਕਟ ਨੰਬਰ ਹੈਗਾ ਵੀਰੇ ਆਪਣਾ 9501550059, 9500150509. ਓਕੇ ਜੀ, ਓਕੇ। ਡਿਲੀਵਰੀ ਆਪਣੀ ਆਲ ਓਵਰ ਇੰਡੀਆ ਜੀ, ਡਿਲੀਵਰੀ ਆਲ ਓਵਰ ਇੰਡੀਆ ਅਵੇਲੇਬਲ ਹੈ। ਠੀਕ ਹੈ ਜੀ, ਭਾਈ ਨੇ ਦੱਸ ਦਿੱਤਾ, ਨੰਬਰ ਸਕਰੀਨ ਤੇ ਚੱਲਦਾ ਰਹੂਗਾ, ਭਾਈ ਨੂੰ ਕੰਟੈਕਟ ਕਰ ਸਕਦੇ ਹੋ। ਹਾਂਜੀ ਭਾਈ, ਕੀ ਹਾਲ ਚਾਲ ਹੈ? ਵਧੀਆ ਵੀਰੇ, ਵਧੀਆ, ਤੁਸੀਂ ਸੁਣਾਓ? ਭਾਈ ਵਧੀਆ। ਆਪਣਾ ਇੱਕ ਵਾਰ ਨਾਮ ਤੇ ਲੋਕੇਸ਼ਨ ਦੱਸ ਦਿਓ। ਆਪਣਾ ਨਾਮ ਵੀਰੇ ਰਮਨਦੀਪ ਸਿੰਘ, ਆਪਣੀ ਲੋਕੇਸ਼ਨ ਖੰਨਾ ਵੀਰ ਜੀ। ਆਪਣਾ ਮੋਬਾਈਲ ਨੰਬਰ ਹੈਗਾ 9635529516। ਇਹ ਸਮਾਊਟ ਦੇ ਬੱਚੇ ਆ ਜੀ, ਸ਼ਿਟਜੂ ਦੇ ਬੱਚੇ ਆ, ਪਪੇਰੀਅਨ ਆ ਜੀ ਆਪਣੇ ਕੋਲ, ਆਪਣੀ ਹੋਮ ਬਰੀਡ ਆ ਜੀ। ਓਕੇ ਓਕੇ ਓਕੇ, ਹਾਂਜੀ। ਤੇ ਕਿਆ ਪ੍ਰਾਈਸ ਰਹਿਣ ਵਾਲਾ ਭਾਈ? ਪ੍ਰਾਈਜ਼ ਭਾਅ ਜੀ ਆਪਾਂ ਇਹਦਾ 20,000 ਦੀ ਡਿਮਾਂਡ ਰੱਖਦੇ ਹਾਂ ਜੀ, ਫੀਮੇਲ 17 ਮੰਗਦੇ ਹਾਂ ਜੀ। ਬਾਕੀ ਮੌਕੇ 'ਤੇ ਜੀ ਮਾਨ ਤਾਨ ਹੋ ਜਾਏਗਾ, ਜੋ ਜਿਵੇਂ ਕਸਟਮਰ ਦੀ ਡਿਮਾਂਡ ਹੋਊਗੀ। ਠੀਕ ਹੈ ਜੀ, ਠੀਕ ਹੈ। ਹਾਂਜੀ, ਤੇ ਭਾਈ ਇੱਕ ਵਾਰ ਸ਼ਿਟਜੂ ਤਾਂ ਦੱਸ ਦਿਓ। ਸ਼ਿਟਜੂ ਆ ਜੀ, ਫੀਮੇਲ ਆ ਜੀ ਇਹ। ਠੀਕ ਹੈ, 9,000 ਰੁਪਇਆ ਦੀ ਡਿਮਾਂਡ ਰੱਖਦੇ ਹਾਂ ਜੀ। ਬਾਕੀ ਮੌਕੇ 'ਤੇ ਮਾਨ ਤਾਨ ਕਰ ਦਾਂਗੇ ਜੀ ਕਸਟਮਰ ਨੂੰ। ਠੀਕ ਹੈ ਜੀ, ਜਿਵੇਂ ਵੀ ਮਤਲਬ ਲੈਣਾ ਹੋਇਆ। ਕੰਟੈਕਟ ਨੰਬਰ ਰਿਪੀਟ ਕਰ ਦਿਓ ਭਾਈ ਇੱਕ ਵਾਰ ਆਪਣਾ। ਹਾਂਜੀ, ਕੰਟੈਕਟ ਨੰਬਰ 9465529516 ਜੀ, ਲੋਕੇਸ਼ਨ ਖੰਨਾ ਭਾਅ ਜੀ ਆਪਣਾ। ਠੀਕ ਹੈ ਜੀ, ਠੀਕ। ਹਾਂਜੀ ਵੀਰ ਜੀ, ਕੀ ਹਾਲ ਚਾਲ ਹੈ ਜੀ? ਵਧੀਆ ਵੀਰ ਜੀ, ਵਧੀਆ, ਤੁਸੀਂ ਦੱਸੋ ਜੀ। ਬਾਹਰ ਫਸਟ ਕਲਾਸ ਜੀ, ਕਿਹੜੇ ਡੌਗ ਹੈ ਭਾਅ ਜੀ ਅੱਜ ਆਪਣੇ ਕੋਲ? ਆਪਣੇ ਰਵੇ ਵੀਰੇ ਆਲ ਬਰੀਡ ਦੇ ਵਿੱਚ ਡੌਗ ਹੁੰਦੇ ਨੇ, ਜ਼ਿਆਦਾਤਰ ਆਪਣਾ ਸਿਰਜੂ, ਬੀਗਲ ਔਰ ਚੌਂਚੌਂ ਦੇ ਵਿੱਚ ਹੀ ਕੰਮ ਆ। ਹਸਕੀ ਵੀ ਹੁੰਦੇ ਨੇ ਆਪਣੇ ਲਵੇ, ਬਾਕੀ ਆਲ ਬਰੀਡ ਦੇ ਵਿੱਚ ਹੀ ਕੰਮ ਆ ਵੀਰ ਆਪਣਾ। ਠੀਕ ਹੈ ਜੀ, ਠੀਕ ਹੈ। ਤੇ ਅੱਜ ਆਪਣੇ ਕੋਲ ਬੀਗਲ ਤੇ ਸ਼ਿਟਜ਼ੂ ਹੈ ਨਾ? ਹਾਂਜੀ ਹਾਂਜੀ। ਕਿੰਨੀ ਏਜ ਹੋਗੀ ਭਾਅ ਜੀ ਇਹਨਾਂ ਦੀ? ਵੀਰੇ ਹੈਗੇ ਨੇ 35 ਦਿਨ ਤੋਂ ਪਲੱਸ। ਠੀਕ ਹੈ ਜੀ, ਠੀਕ ਹੈ। ਇੱਕ ਵਾਰ ਘੁਮਾ ਕੇ ਦਿਖਾ ਦਿਓ ਭਾਈ ਇੱਕ ਵਾਰ।
ਬੱਚੇ ਤੁਸੀਂ ਚੈੱਕ ਕਰ ਸਕਦੇ ਹੋ, ਮਾਰਕਿੰਗ ਬਹੁਤ ਸੋਹਣੀ ਹੋਈ ਇਹਨਾਂ ਦੀ। ਅਤੇ ਕਿਆ ਪ੍ਰਾਈਜ਼ ਰੱਖਿਆ ਉਹਦਾ? ਵੀਰੇ ਸਿੜਜੂ ਮੇਲ 15,000 ਦਾ, ਫੀਮੇਲ 12,000 ਦੀ ਹੈ। ਬੀਗਲ ਦਾ ਮੇਲ 14,000 ਦਾ, ਫੀਮੇਲ 12,000 ਦੀ ਆ। ਓਕੇ ਓਕੇ ਓਕੇ, ਠੀਕ ਹੈ ਜੀ। ਇੱਕ ਵਾਰ ਆਪਣਾ ਏਰੀਆ ਅਤੇ ਆਪਣਾ ਕੰਟੈਕਟ ਨੰਬਰ ਦੱਸ ਦਿਓ ਜੀ। ਆਪਣਾ ਵੀਰੇ ਪਿੰਡ ਜ਼ਿਲ੍ਹਾ ਪਟਿਆਲਾ ਹੀ ਆ, ਅਤੇ ਡਿਲੀਵਰੀ ਆਲ ਇੰਡੀਆ ਕਰ ਦਿੰਦੇ ਹਾਂ। ਠੀਕ ਹੈ ਜੀ, ਕੰਟੈਕਟ ਨੰਬਰ ਬੋਲ ਦਿਓ ਆਪਣਾ। 8268463095। ਬਾਕੀ ਵੀਰੇ ਕਾਰਡ ਦੀ ਵੀ ਫੋਟੋ ਨਾਲ ਲਾ ਦਿਓ। ਠੀਕ ਹੈ ਜੀ, ਠੀਕ ਹੈ। ਹਾਂਜੀ ਬਾਈ, ਕੀ ਹਾਲ ਚਾਲ ਹੈ ਜੀ? ਬਸ ਵਧੀਆ ਜੀ, ਤੁਸੀਂ ਸੁਣਾਓ ਜੀ? ਬਸ ਠੀਕ ਹੈ ਜੀ। ਅਤੇ ਬਾਈ ਅੱਜ ਆਪਣੇ ਕੋਲ ਰੋਡ ਵੀਲਰ ਹੈ ਜੀ? ਹਾਂ ਜੀ, ਰੋਡ ਵੀਲਰ ਨੇ ਜੀ। ਠੀਕ ਹੈ ਜੀ, ਠੀਕ ਹੈ। ਅਤੇ ਕਿੰਨੇ ਰੋਡ ਲੈ ਕੇ ਆਏ ਬਾਈ ਅੱਜ ਤੁਸੀਂ? ਵੀਰੇ 2 ਹੀ ਲੈ ਕੇ ਆਏ ਹਾਂ। ਓਕੇ, ਹਾਂਜੀ। ਅਤੇ ਬਾਈ ਇੱਕ ਵਾਰ ਆਪਣੀ ਲੋਕੇਸ਼ਨ ਦਾ ਨਾਮ ਦੱਸ ਦਿਓ। ਵੀਰੇ ਮਹਿਕਵੀਰ ਸਿੰਘ ਗਿੱਲ ਨਾਮ ਆ ਜੀ। ਠੀਕ ਹੈ ਜੀ। ਅਤੇ ਲੁਧਿਆਣਾ ਗਿੱਲ ਵਿਲੇਜ ਆਪਣਾ ਪਿੰਡ ਆ ਜੀ। ਓਕੇ, ਲੁਧਿਆਣਾ। ਅਤੇ ਬਾਈ ਆਪਣੇ ਕੋਲ ਕਿੰਨੇ ਰੋਡ ਵੀਲਰ ਹੈਗੇ ਆ? ਆਪਣੇ ਕੋਲ 6-7 ਹੈਗੇ ਆ ਜੀ, 7 ਕੁ ਦੇ ਕਰੀਬ ਹੈਗੇ ਆ ਜੀ। ਠੀਕ ਹੈ ਜੀ, ਠੀਕ ਹੈ। ਤੇ ਹੁਣ ਆਪਣਾ ਡੌਗ ਬਈ ਸ਼ੋਅ ਦੇ ਵਿੱਚ ਲਾਇਆ ਤੁਸੀਂ ਪਹਿਲਾਂ? ਹਾਂਜੀ, ਲਾਵਾਂਗੇ ਜੀ। ਓਕੇ ਓਕੇ, ਇਸ ਤੋਂ ਪਹਿਲਾਂ ਲੱਗਿਆ ਬਈ? ਇਹ ਲੱਗਿਆ ਜੀ, ਇਹ ਬੈਸਟ ਪੱਪੀ ਲੱਗਿਆ ਸੀ ਪੰਚਕੂਲੇ ਤੋਂ, ਅਤੇ 5-7 ਵਾਰੀ ਪੈਟ ਸ਼ੋਅ ਵੀ ਜਿੱਤੇ ਆ ਜੀ। ਓਕੇ ਓਕੇ, ਠੀਕ ਹੈ ਜੀ। ਅਤੇ ਬਾਈ ਬੱਚੇ ਕਿਸੇ ਨੇ ਲੈਣੇ ਹੋਣ ਤਾਂ ਹੁੰਦੇ ਆਪਣੇ ਕੋਲ? ਹਾਂਜੀ, ਮੌਕੇ 'ਤੇ ਤਾਂ ਨਹੀਂ ਹੁੰਦੇ ਹੈਗੇ, ਕਈ ਜਦੋਂ ਲੇਟਰ ਹੋਊਗਾ ਉਦੋਂ ਹੋਣਗੇ ਜੀ। ਠੀਕ ਹੈ ਜੀ, ਠੀਕ ਹੈ। ਅਤੇ ਬਾਈ ਕਿਸੇ ਨੇ ਕੰਟੈਕਟ ਕਰਨਾ ਹੋਵੇ ਜਾਂ ਅਪਡੇਟ ਲੈਣੀ ਹੋਵੇ ਤੁਹਾਡੇ ਤੋਂ ਵੀ ਬੱਚੇ ਹੈਗੇ ਆ ਕਿ ਨਹੀਂ? ਹਾਂਜੀ, 8837656554। ਠੀਕ, ਇਹਦੇ ਕੰਟੈਕਟ ਕਰ ਲਿਓ। ਇਹ ਭਾਈ ਦਾ ਕੰਟੈਕਟ ਨੰਬਰ ਹੈ। ਹਾਂਜੀ। ਅਤੇ ਲੁਧਿਆਣੇ ਭਾਅ ਜੀ ਹੁੰਦੇ ਆ? ਹਾਂਜੀ। ਇਹ ਭਾਈ ਰੋਟ ਮੇਲ ਹੈ ਨਾ? ਹਾਂਜੀ, ਇਹ ਮੇਲ ਆ ਜੀ। ਠੀਕ ਹੈ, ਇਹ ਫੀਮੇਲ ਆ? ਇਹ ਫੀਮੇਲ ਹੈ ਜੀ, ਫੀਮੇਲ ਚੈੱਕ ਕਰ ਸਕਦੇ ਮੇਰੀ। ਇਹਦੀ ਭਾਅ ਜੀ ਵਿਨਿੰਗ ਵਗੈਰਾ ਕਿੰਨੀ ਹੈਗੀ ਹੈ? ਇਹਦੀ ਵਿਨਿੰਗ, ਇਹ ਬੈਸਟ ਪੱਪੀ ਲੱਗਿਆ ਜੀ ਪੰਚਕੂਲੇ ਤੋਂ। ਠੀਕ ਹੈ ਜੀ। ਹਾਂਜੀ, 6-7 ਵੈਸੇ ਪੈਟ ਸ਼ੋਅ 'ਚ ਵਧੀਆ ਪਰਫਾਰਮ ਕੀਤਾ, VP1 ਵੀ ਲੱਗਿਆ ਹੋਇਆ, ਲਾਈਨਅਪ ਵੀ ਲੱਗਿਆ ਹੋਇਆ ਜੀ ਇਹ। ਠੀਕ ਹੈ ਜੀ, ਠੀਕ ਹੈ। ਹਾਂਜੀ, ਅਤੇ ਕਿੰਨੀ ਕਿੰਨੀ ਏਜ ਹੋਗੀ ਭਾਈ ਇਹਨਾਂ ਦੀ? ਇਹਦੀ 18 ਮੰਥ ਆ ਵੀਰੇ, ਇਹ 2.5 ਸਾਲ ਦੀ ਆ ਵੀਰੇ। 18 ਮੰਥਸ ਏਜ ਹੈ, 2.5 ਸਾਲ ਦੀ ਵੀ। ਠੀਕ ਹੈ ਵੀਰ ਜੀ, ਥੈਂਕ ਯੂ। ਥੈਂਕ ਯੂ।